ਸਜਦਾ ਦੇ ਨੁਕਰਾਣੀ ਉਮਤੀਆਂ ਦੀ ਮਾਂ ਨਾਮ ਹੈ ਇਸਦਾ ਮੈਮੂਨਾ ਮੁਲਕ ਸਾਡਾਨ ਯਾਨੀ ਹਬਸ਼ ਉਸਦੀ ਛੋਟੀ ਜਿਹੀ ਰਿਆਸਤ ਹੈ ਜ਼ੰਜਬਾਰ ਜਿਸਦਾ ਬਾਦਸ਼ਾਹ ਹੈ ਅਸ਼ਕਬੂਸ ਅਸ਼ਕਬੂਸ ਦੀ ਬੇਟੀ ਇਹ ਨਾਮ ਹੈ ਇਸਦਾ ਮੈਮੂਨਾ ਸਜਦਾ ਦੀ ਨੌਕਰੀ ਵਿੱਚ ਆ ਗਈ ਕਿਸੇ ਮਾਂ ਆਖਿਆ ਕਿਸੇ ਭੈਣ ਆਖਿਆ ਕਿਸੇ ਧੀ ਆਖਿਆ ਬਾਦਸ਼ਾਹਾਂ ਦੀ ਮੌਜੂਦਗੀ ਚ ਔਰ ਹੁਣ ਹੈ ਨੀ ਵੀ ਬਾਦਸ਼ਾਹ ਅਗਰ ਕਿਸੇ ਦਾ ਕੋਈ ਹੁਕਮ ਹੋਇਆ ਪੇਸ਼ ਕਰਿਆ ਜੇ ਕਿਉਂਕਿ ਨੌਕਰੀ ਆਉਂਦੀ ਹੋਈ ਤੇ ਜ਼ਰੂਰ ਆ ਸਕਦਾ ਠੀਕ ਹੈ ਇੱਕ ਦਿਨ ਜਨਾਬ ਕੰਬਰ ਜਨਾਬ ਸਲਮਾਨ ਕਹਿਣ ਲੱਗੇ ਭੈਣ ਸਿੱਧਾ ਸਾਨੂੰ ਆਪਣਾ ਤਾਰਫ ਤੇ ਕਰੋ ਮੇਰੇ ਵੀਰੋ ਤੁਸੀਂ ਮੈਨੂੰ ਜਾਣਦੇ ਨੀ ਉਹਨਾਂ ਕਿਹਾ ਅਸੀਂ ਜਾਣਦਾ ਹੈ ਲੇਕਿਨ ਤੂੰ ਆਪਣੇ ਮੂੰਹੋਂ ਦੱਸਾਂ ਕੌਣ ਹੈ ਤੂੰ ਤੇ ਬੀਬੀ ਫਿਜ਼ਾ ਆਖਿਆ ਮੈਂ ਦੱਸਾਂ ਮੈਂ ਸਿਦਰਾ ਪਲਦਾ ਜਨੀ ਦੀ ਧੀ ਭੈਣ ਫਿਜ਼ਾ
ਨਬੀਆਂ ਦੇ ਸੁਲਤਾਨ ਦਾ ਫਰਮਾਨ ਹੈ ਆਸਮਾਨ ਦੇ ਥੱਲੇ ਤੇ ਜ਼ਮੀਨ ਦੇ ਉੱਤੇ ਅਬੂ ਜ਼ਰ ਜਿਤਨਾ ਸੱਚਾ ਕੋਈ ਨਹੀਂ। ਕੋਲ ਸਲਮਾਨ ਕਹਿੰਦੇ ਕਹਿੰਦੇ ਵੀਰ ਜੀ ਮੇਰੇ ਬਾਰੇ ਨਹੀਂ ਸੁਣਿਆ ਕਿ ਸਲਮਾਨ ਇਮਾਨ ਦੇ ਦਸਵੇਂ ਦਰਜੇ ਦੇ ਫਾਇਦੇ। ਹਾਂ ਤੇ ਪੈਰਵੀ ਦਾ ਦਿਲ ਬਾਰੇ ਕੀ ਆਖਿਆ ਬੀਬੀ ਫਰਮਾਨ ਦੇ ਵੀਰ ਹਿੰਦੂ ਤੇ ਮੇਰੇ